ਸਤਨਾਮ ਜੀ, ਪ੍ਰੋਗਰਾਮ ਬਾਬਾਣੀਆਂ ਕਹਾਣੀਆਂ ਦੇ ਵਿੱਚ ਸਵਾਗਤ ਹੈ ਤੁਹਾਡਾ। ਅੱਜ ਅਸੀਂ ਜਪਜੀ ਸਾਹਿਬ ਦੀ 11ਵੀਂ ਪੌੜੀ ਬਾਰੇ ਸੁਣਾਂਗੇ ਮਿਸਟਰ ਮਨਮੋਹਨ ਸਿੰਘ ਸਮਰਾ ਜੀ ਤੋਂ। ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਆਪਾਂ ਜਪਜੀ ਸਾਹਿਬ ਦੀ ਗੱਲਬਾਤ ਕਰ ਰਹੇ ਸੀਗੇ ਜੀ, ਪਿਛਲੇ ਕਿੰਨੇ ਦਿਨਾਂ ਤੋਂ ਇਹ ਪ੍ਰੋਗਰਾਮ ਚੱਲਿਆ ਹੋਇਆ ਅਤੇ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕ ਵੀ ਪਸੰਦ ਕਰਦੇ ਆ। ਸਾਨੂੰ ਕਿੰਨੇ ਮੈਸੇਜ ਈਮੇਲ ਵੀ ਆਈਆਂ ਨੇ ਇਹਦੇ ਬਾਰੇ ਵਿੱਚ। ਗੁਰੂ ਨਾਨਕ ਪਾਤਸ਼ਾਹ ਦੇ 550 ਸਾਲੇ ਦੇ ਸੰਬੰਧ ਦੇ ਵਿੱਚ ਅਸੀਂ ਇਹ ਸ਼ੁਰੂ ਕੀਤਾ ਜੀ, ਅਤੇ ਅਸੀਂ ਆਮ ਸਧਾਰਨ ਲੇਮੈਨ ਆਮ ਲੋਕਾਂ ਦੇ ਲੈਵਲ ਦੀਆਂ ਗੱਲਾਂ ਕਰਦੇ ਹਾਂ, ਕੋਈ ਵਿਦਵਾਨ ਨਹੀਂ। ਸੋ ਇਸ ਪੌੜੀ ਦੇ ਵਿੱਚ ਗੁਰੂ ਮਹਾਰਾਜ ਸਾਨੂੰ ਕੀ ਸਮਝਾਉਂਦੇ ਆ ਜੀ? ਸੁਣਿਆ ਦੀਆਂ 4 ਪੌੜੀਆਂ ਨੇ, ਆਪਾਂ 3 'ਚੋਂ ਕਰ ਚੁੱਕੇ ਹਾਂ ਆਲਰੇਡੀ। ਹਾਂਜੀ। ਤਾਂ ਸੁਣਨ ਦੀ ਮਹੱਤਤਾ ਜਿਹੜੀ ਆਪਾਂ ਪਿਛਲੀਆਂ ਪੌੜੀਆਂ 'ਚ ਵੀ ਗੱਲ ਕੀਤੀ ਸੀ ਕਿ ਜੇ ਮਨ ਚਿਤ ਲਾ ਕੇ ਸੁਣ ਲਿਆ ਜਾਵੇ ਤਾਂ ਸਾਨੂੰ ਉਹ ਦਾਤਾਂ ਪ੍ਰਾਪਤ ਹੋ ਜਾਂਦੀਆਂ ਜਿਹੜੀਆਂ ਲਈ ਉਮਰਾਂ ਲੱਗ ਜਾਂਦੀਆਂ, ਯੋਗੀ ਪੀਰ ਜਿਨ੍ਹਾਂ ਨੇ ਉਮਰਾਂ ਲਾ ਦਿੱਤੀਆਂ। ਸੋ ਇਸ ਪੌੜੀ ਦੇ ਵਿੱਚ ਵੀ ਗੁਰੂ ਮਹਾਰਾਜ ਜੀ ਕਹਿੰਦੇ ਸੁਣਿਆ ਸਰਾਂ ਗੁਣਾ ਕੇ ਗਾਹ ਜੀ। ਜੇ ਆਪਾਂ ਸਾਰੀ ਜਪਜੀ ਸਾਹਿਬ ਨੂੰ ਦੇਖੀਏ, ਗੱਲ ਗੁਣਾਂ ਦੀ ਹੋ ਰਹੀ ਆ। ਆਪਣੇ ਜੀਵਨ ਦੇ ਵਿੱਚ ਗੁਣ ਪੈਦਾ ਕਰਨੇ ਆ, ਉਹ ਗੁਣਾਂ ਤੋਂ ਦੂਰ ਜਾਣਾ। ਗੁਰੂ ਨਾਨਕ ਦੇਵ ਜੀ ਜਿਹੜੀ ਗੱਲ ਆ ਬਹੁਤ ਪ੍ਰੈਕਟੀਕਲ ਆ ਜੀ। ਜਿੰਨਾ ਜਿੰਨਾ ਗੁਣਾਂ ਦਾ ਖਜ਼ਾਨਾ ਵਧੂਗਾ ਜੀ, ਉਹਨਾਂ ਉਗਣਾਂ ਦਾ ਘਟਣਾ ਸ਼ੁਰੂ ਹੋ ਜੂ। ਜਦੋਂ ਗੁਣਾਂ ਦਾ ਖਜ਼ਾਨਾ ਵੱਧ ਗਿਆ ਤਾਂ ਤੁਹਾਨੂੰ ਉਹ ਪ੍ਰਾਪਤੀ ਹੋ ਜਾਣੀ ਆ, ਚਾਹੇ ਉਹਨੂੰ ਰੱਬ ਨੂੰ ਮਿਲਣਾ ਕਹਿ ਲਓ, ਚਾਹੇ ਉਹਨੂੰ ਤੁਸੀਂ ਕਹਿ ਲਓ ਵੀ ਤੁਸੀਂ ਅਖੀਰਲਾ ਸੱਚ ਆ ਜਿਹੜਾ ਉਹ ਪ੍ਰਾਪਤ ਕਰ ਲਿਆ ਜੀ। ਮਿਸ ਸਮਰੀ, ਜਿਹੜੀ 11ਵੀਂ ਪੌੜੀ ਆ, ਇਟਸ ਆਲਸੋ ਕਾਲਡ ਮੰਤਰ ਆਫ ਵਰਚੂ, ਜਿਹੜੇ ਹੈਗੇ ਤੁਹਾਡੇ ਮੋਰਲ, ਇਟਸ ਸ਼ੋਇੰਗ ਹਾਈ ਮੋਰਲ ਸਟੈਂਡਰਡ। ਗੁਣਾਂ ਦੀ ਗੱਲ, ਗੁਣਾਂ ਦੀ ਗੱਲ ਕਰਦੇ ਹਾਂ ਜਿੱਦਾਂ ਅਸੀਂ, ਹੈ ਨਾ। ਹੁਣ ਜਿੱਦਾਂ ਕਹਿੰਦੇ ਹਾਂ ਕਿ ਸਰਾ ਗੁਣਾ ਕੇ ਗਾਹ ਸੁਣੀਏ ਸੇਖ ਪੀਰ ਪਾਸਾ, ਬਾਬੇ ਨੇ ਕਿਹਾ ਕਿ ਇਹਨਾਂ ਬਾਣੀ ਨੂੰ ਸੁਣਨ ਨਾਲ ਜਾਂ ਚੰਗੀਆਂ ਗੱਲਾਂ ਸੁਣਨ ਦੇ ਨਾਲ, ਜਿਵੇਂ ਅਸੀਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕਈ ਵਾਰੀ ਗੱਲ ਕੀਤੀ ਹੈ ਕਿ ਤੁਸੀਂ ਸੁਣਨਾ ਕੀ ਆ, ਹੈ ਨਾ। ਹੁਣ ਉਹਨਾਂ ਨੇ 4 ਪੌੜੀਆਂ ਦੇ ਵਿੱਚ, ਜਿਵੇਂ ਤੁਸੀਂ ਦੇਖਿਆ ਕਿ ਇੰਟਰਲਿੰਕ ਨੇ ਸਾਰੀਆਂ ਪੌੜੀਆਂ ਆਪਸ ਦੇ ਵਿੱਚ, 4 ਪੌੜੀਆਂ ਇੰਟਰਲਿੰਕ, ਸੁਣਨਾ ਅਤੇ ਕੀ ਸੁਣਨਾ, ਹੈ ਨਾ। ਸੁਣਨਾ ਜਦੋਂ ਸੁਣਨਾ ਆ, ਕਿਸੇ ਵੀ ਤੁਸੀਂ ਇਨਸਾਨ ਨੂੰ ਸੁਣਨਾ ਆ, ਤੁਸੀਂ ਚਾਹੇ ਬਾਣੀ ਸੁਣਦੇ ਹੋ, ਚਾਹੇ ਤੁਸੀਂ ਕਿਸੇ ਦੀ ਚੰਗੀ ਕਨਵਰਸੇਸ਼ਨ ਸੁਣਦੇ ਹੋ, ਉਹਦੇ ਨਾਲ ਆ ਜਿਹੜਾ ਤੁਸੀਂ ਆਪਣੀ ਜਿਹੜਾ ਲਿਵਿੰਗ ਸਟੈਂਡਰਡ ਆ ਉਹ ਕਿਵੇਂ ਇੰਪਰੂਵ ਕਰਦੇ ਹੋ, ਕਿਉਂਕਿ ਜਦੋਂ ਤੁਸੀਂ ਸੁਣਦੇ ਹੋ ਤੁਸੀਂ ਹਮੇਸ਼ਾ ਕਿਸੇ ਤੋਂ ਕੁਛ ਨਾ ਕੁਛ ਸਿੱਖਦੇ ਹੋ। ਤਾਂ ਬਾਬੇ ਨੇ ਕਿਹਾ ਕਿ ਸਰਾ ਗੁਣਾ ਕੇ ਗਾ, ਕਿ ਸਧਾਰਨ ਗੁਣਾਂ ਵਾਲੇ ਮਨੁੱਖ ਵੀ ਜਿਹੜੇ ਹੁੰਦੇ ਨੇ ਉਹ ਸੁਣ ਕੇ ਆਪਣੇ ਆਪ ਨੂੰ ਬਹੁਤ ਇੰਪਰੂਵ ਕਰ ਲੈਂਦੇ। ਬਿਲਕੁਲ ਜੀ, ਗੁਣਾਂ ਦੇ ਸਾਗਰ ਦੀ ਥਾਪ ਪਾ ਲੈਂਦਾ ਬੰਦਾ ਜੀ, ਕਿਉਂਕਿ ਸਾਡੇ ਕੋਲ ਥੋੜ੍ਹੇ ਜਿਹੇ ਗੁਣ ਨੇ ਜੀ, ਪਰ ਦੁਨੀਆਂ ਦੇ ਵਿੱਚ ਗੁਣਾਂ ਦਾ ਸਮੁੰਦਰ ਆ, ਉਹਦੇ ਐਂਡ ਤੱਕ ਜਾਣਾ, ਵੱਧ ਤੋਂ ਵੱਧ ਗੁਣ ਇਕੱਠੇ ਕਰਨੇ ਆ। ਮਹਾਰਾਜ ਨੇ ਬਾਣੀ ਤੇ ਖਤਾਂ ਇਹ ਵੀ ਕਿਹਾ ਕਿ ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗੁਣ ਚੱਲੀਏ ਜੀ। ਸਿੱਖਾਂ ਨੂੰ ਸਪੈਸ਼ਲ ਹੁਕਮ ਹੈ ਜੀ ਬਾਣੀ ਦੇ, ਜਿਹੜੇ ਹੁਕਮ ਨੇ ਗੁਰੂ ਸਾਹਿਬ ਦੇ। ਗੁਰੂ ਸਾਹਿਬ ਨੇ ਕਿਹਾ ਸੀ ਕਿ ਗੁਣਾਂ ਦੀ ਸਾਂਝ ਕਰਨੀ ਹੈ, ਜਿਹੜਾ ਵੀ ਬੰਦਾ ਮਿਲੂ ਉਹਦੇ ਕੋਲ ਜਿਹੜਾ ਚੰਗਾ ਗੁਣ ਉਹ ਲੈਣਾ ਜੀ, ਅਤੇ ਔਗਣ ਛੱਡ ਕੇ ਜਾਣਾ ਉਹਦੇ ਵੀ ਤਾਂ ਆਪਣੇ ਵੀ, ਔਗਣ ਘਟਾਉਣੇ ਆ ਗੁਣ ਵਧਾਉਣੇ ਆ। ਬੇਸਿਕਲੀ ਗੱਲ ਤਾਂ ਸਾਰੀ ਇਸ ਜੀਵਨ ਦਾ ਸਾਰ ਤਾਂ ਇਹੀ ਆ ਜੀ। ਉਹ ਕਹਿੰਦੇ ਜਦੋਂ ਤੁਸੀਂ ਧਿਆਨ ਨਾਲ ਸੁਣਦੇ ਹੋ, ਉਹਦੇ ਨਾਮ ਨੂੰ, ਉਹਦੀ ਬਾਣੀ ਨੂੰ ਸੁਣਦੇ ਹੋ ਜੀ, ਤਾਂ ਤੁਹਾਡੇ ਅੰਦਰ ਗੁਣਾਂ ਦਾ ਖਜ਼ਾਨਾ ਵਧਣਾ ਸ਼ੁਰੂ ਹੋ ਜਾਂਦਾ, ਗੁਣਾਂ ਦੇ ਸਾਗਰ 'ਚ ਤੁਸੀਂ ਥਾਹ ਪਾ ਲੈਂਦੇ ਹੋ ਜੀ। ਅਤੇ ਸੁਣਿਆ ਸੇਖ ਪੀਰ ਪਾਤਸ਼ਾਹ ਜੀ, ਸੇਖ ਕਹਿੰਦੇ ਜੀ ਇਸਲਾਮ ਧਰਮ ਦੇ ਵਿੱਚ, ਜਿਵੇਂ ਆਪਾਂ ਪਿੱਛੇ ਪੜਿਆ ਸੀਗਾ, ਮੈਂ ਇਹਨੂੰ ਇਸ ਤਰ੍ਹਾਂ ਵੀ ਰਿਲੇਟ ਕਰਨਾ ਕਿ ਪਹਿਲਾਂ ਗੱਲ ਕਰੀ ਸੀ ਈਸ਼ਰ ਵਰਮਾ ਇੰਦ ਦੀ, ਹਿੰਦੂ ਧਰਮ ਨਾਲ ਸੰਬੰਧਿਤ ਸੀ, ਹੁਣ ਆਹ ਪੌੜੀ ਆ ਮੋਸਟਲੀ ਮੁਸਲਿਮ ਧਰਮ ਨਾਲ ਸੰਬੰਧਿਤ ਜੀ। ਹੁਣ ਕਹਿੰਦੇ ਸੇਖ ਪੀਰ ਪਾਤਸ਼ਾਹ, ਇਹ ਤਿੰਨੋ ਹੀ ਸ਼ਬਦ ਅਰਬੀ ਫਾਰਸੀ ਦੇ ਆ, ਇਸਲਾਮਿਕ ਧਰਮ ਨਾਲ ਜੁੜੇ ਹੋਏ ਆ। ਸੇਖ ਕਹਿੰਦੇ ਆ ਜੀ ਇਸਲਾਮ ਦੇ ਬਜ਼ੁਰਗ ਵਿਦਵਾਨ ਨੂੰ, ਕਹਿੰਦੇ ਜੇ ਤੁਸੀਂ ਉਹਦੇ ਨਾਮ ਬਾਣੀ ਨੂੰ ਸੁਣਦੇ ਹੋ ਤਾਂ ਜਿਹੜੀ ਚੀਜ਼ ਕਿਸੇ ਬਜ਼ੁਰਗ ਵਿਦਵਾਨ ਨੇ ਸਾਰੀ ਉਮਰ ਮੁਸ਼ਕਤ ਕਰਕੇ ਪ੍ਰਾਪਤ ਕੀਤੀ ਆ ਜੀ, ਉਹ ਤੁਹਾਨੂੰ ਸੁਣਨ 'ਚ ਹੀ ਪ੍ਰਾਪਤ ਹੋ ਜਾਊ ਜੀ। ਪੀਰ ਕਹਿੰਦੇ ਆ ਮੁਸਲਮਾਨਾਂ ਵਿੱਚ ਧਾਰਮਿਕ ਆਗੂ ਨੂੰ, ਜਿਹਨੂੰ ਆਪਾਂ ਗੁਰੂ ਕਹਿ ਦਿੰਦੇ ਹਾਂ, ਜਿਹਨੂੰ ਗੁਰੂ ਕਹਿ ਦਿੰਦੇ ਆ ਜੀ, ਉਹ ਪੀਰ ਕਹਿੰਦੇ ਆ। ਹੁਣ ਜਿੱਥੇ ਪੀਰ ਦੀ ਗੱਲ ਆਉਂਦੀ ਆ, ਗੁਰੂ ਨਾਨਕ ਦੇਵ ਜੀ ਦੀ ਲਾਈਫ ਨਾਲ ਆਪਾਂ ਇਹਨੂੰ ਥੋੜ੍ਹਾ ਰਿਲੇਟ ਕਰੀਏ, ਇੱਕ ਪੀਰ ਦਸਤਗੀਰ ਦੀ ਕਹਾਣੀ ਗੁਰੂ ਨਾਨਕ ਦੇਵ ਜੀ ਦੀ ਲਾਈਫ 'ਚ ਆਉਂਦੀ ਆ। ਜਦੋਂ ਗੁਰੂ ਮਹਾਰਾਜ ਬਗਦਾਦ ਦੇ ਵਿੱਚ ਗਏ ਆ, ਉੱਥੇ ਇੱਕ ਪੀਰ ਰਹਿੰਦਾ ਜੀ ਦਸਤਗੀਰ ਨਾਂ ਦਾ ਪੀਰ। ਐਕਚੁਲੀ ਉਹ ਸਿਲਸਿਲਾ ਉਹਦਾ ਨਾਂ ਕੁਛ ਹੋਰ ਸੀ, ਪਰ ਉਹਨਾਂ ਨੂੰ ਦਸਤਗੀਰ ਹੀ ਕਹਿੰਦੇ ਸੀਗੇ ਪਿੱਛੋਂ ਸਾਰੀਆਂ ਪੀੜ੍ਹੀਆਂ ਤੋਂ ਜੀ। ਦਸਤਗੀਰ ਦਾ ਮਤਲਬ ਹੈਗਾ ਕਿ ਹੱਥ ਫੜਨ ਵਾਲਾ, ਦਰਗਾਹ ਦੇ ਵਿੱਚ ਤੁਹਾਡੀ ਸਪੋਰਟ ਕਰਨ ਵਾਲਾ। ਜਦੋਂ ਗੁਰੂ ਨਾਨਕ ਪਾਤਸ਼ਾਹ ਉੱਥੇ ਗਏ, ਉਹਨਾਂ ਨੇ ਸਵੇਰੇ ਸਵੇਰੇ ਰਬਾਬ 'ਤੇ ਬਾਣੀ ਗਾਈ ਜੀ। ਬਗਦਾਦ ਦੇ ਵਿੱਚ ਮਿਊਜ਼ਿਕ ਬੈਨ ਸੀ, ਤਾਂ ਉੱਥੇ ਬਹੁਤ ਵੱਡਾ ਰੌਲਾ ਰੱਪਾ ਪੈ ਗਿਆ ਕਿ ਕੌਣਾ ਜੀ ਨੇ ਆ ਕੇ ਮਿਊਜ਼ਿਕ ਵਜਾ ਦਿੱਤਾ ਜੀ। ਤਾਂ ਪੀਰ ਤੱਕ ਗੱਲ ਗਈ, ਪੀਰ ਨੇ ਵੀ ਆ ਕੇ ਸੁਣਿਆ, ਉਹਨੂੰ ਸ਼ਾਂਤੀ ਵੀ ਮਿਲ ਰਹੀ ਆ। ਲੰਮੀ ਚੌੜੀ ਕਹਾਣੀ ਆ, ਮੈਂ ਇਹਨੂੰ ਸ਼ੋਰਟ ਇੱਥੇ ਲਿਆਵਾਂ। ਪੀਰ 'ਤੇ ਆਪਾਂ ਗੱਲ ਕਰ ਰਹੇ ਸੀਗੇ ਜੀ।
ਤਾਂ ਬੜੇ ਇੰਟੈਲੀਜੈਂਟ ਪਹੁੰਚੇ ਹੋਏ ਪੀਰ ਸੀਗੇ, ਉਹ ਗੁਰੂ ਨਾਨਕ ਪਾਤਸ਼ਾਹ ਨੂੰ ਮਿਲੇ, ਬਹਿ ਕੇ ਜਦੋਂ ਗੱਲਬਾਤ ਹੋਈ। ਗੁਰੂ ਨਾਨਕ ਪਾਤਸ਼ਾਹ ਜਿਹੜਾ ਸਭ ਤੋਂ ਪਹਿਲਾ ਤਰੀਕਾ ਇਹੀ ਸੀ ਕਿ ਗੱਲਬਾਤ ਨਾਲ ਸਮਝਾਉਣੀ ਆਪਦੀ ਗੱਲ, ਤਾਂ ਪੀਰ ਨੇ ਤਿੰਨ ਸਵਾਲ ਗੁਰੂ ਨਾਨਕ ਦੇਵ ਜੀ ਨੂੰ ਕੀਤੇ। ਪਹਿਲਾ ਸਵਾਲ ਕੀਤਾ, ਉਹ ਕਹਿੰਦਾ ਵੀ ਤੁਸੀਂ ਕਹਿੰਦੇ ਹੋ ਇੱਕ ਓਂਕਾਰ, ਵੀ ਪਰਮਾਤਮਾ ਇੱਕ ਆ, ਪਰ ਉਹ ਤੋਂ ਪਹਿਲਾਂ ਕੀ ਸੀ? ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿ ਤੁਹਾਡੇ ਕੋਲ 10 ਮੋਹਰਾਂ ਹੈਗੀਆਂ। ਤਾਂ ਪੀਰ ਸੋਚਦਾ ਪਤਾ ਨਹੀਂ ਕਿਸੇ ਲਾਲਚ 'ਚ ਆ ਗਏ ਜੀ। ਉਹ ਕਹਿੰਦਾ ਹਾਂਜੀ। ਕਹਿੰਦੇ ਲਿਆਓ ਮੋਹਰਾਂ ਲਿਆਉਂਦੀਆਂ। ਪੀਰ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਗਿਣੋ ਇਹਨਾਂ ਨੂੰ। ਤਾਂ ਪੀਰ ਗਿਣਨੇ ਸ਼ੁਰੂ ਕੀਤੇ, ਉਹ ਕਹਿੰਦੇ 1 2 3 4 5 6। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗਲਤ ਹੋ ਗਿਆ, ਫਿਰ ਤੋਂ ਗਿਣੋ। ਉਹਨੇ ਦੁਬਾਰਾ ਗਿਣੀ ਆ, 1 ਤੋਂ 7 ਤੱਕ ਚਲ ਗਿਆ। ਗੁਰੂ ਨਾਨਕ ਨਹੀਂ ਨਹੀਂ ਪੀਰ ਜੀ ਸ਼ੁਰੂ ਤੋਂ ਗਿਣੋ। ਉਹ ਕਹਿੰਦੇ ਮੈਂ ਸ਼ੁਰੂ ਤੋਂ ਹੀ ਗਿਣ ਰਿਹਾ। ਕਹਿੰਦੇ ਨਹੀਂ ਤੁਸੀਂ ਤਾਂ 1 ਤੋਂ ਗਿਣਦੇ ਹੋ। ਉਹ ਕਹਿੰਦੇ 1 ਤੋਂ ਪਹਿਲਾਂ ਤਾਂ ਕੁਛ ਨਹੀਂ। ਉਹ ਕਹਿੰਦੇ ਬਸ ਇਹੀ ਤੇਰੇ ਸਵਾਲ ਦਾ ਜਵਾਬ ਆ। ਇੱਕ ਓਂਕਾਰ ਤੋਂ ਪਹਿਲਾਂ ਕੁਛ ਨਹੀਂ ਸੀ, ਅਰਬਦ ਨਰਬਦ ਧੰਦੂਕਾਰ ਆ, ਇਸ ਦੁਨੀਆਂ 'ਤੇ ਕੁਛ ਵੀ ਨਹੀਂ ਸੀ ਉਹ ਤੋਂ ਪਹਿਲਾਂ। ਬਿਲਕੁਲ। ਹੁਣ ਪੀਰ ਨੂੰ ਸਵਾਲ ਦੀ ਸਮਝ ਲੱਗੀ ਕਿ ਮੇਰੇ ਸਵਾਲ ਦਾ ਜਵਾਬ ਗੁਰੂ ਨਾਨਕ ਪਾਤਸ਼ਾਹ ਨੇ ਇੰਨੇ ਪਿਆਰੇ ਤਰੀਕੇ ਨਾਲ ਦਿੱਤਾ। ਉਹਨੇ ਇੱਕ ਸਵਾਲ ਹੋਰ ਕੀਤਾ ਜੀ। ਉਹ ਕਹਿੰਦੇ ਜੀ ਇਹ ਗੱਲ ਮੈਂ ਤੁਹਾਡੀ ਮੰਨ ਲਈ ਆ, ਫਿਰ ਤੁਸੀਂ ਕਹਿੰਦੇ ਹੋ ਕੋਈ ਦੁਨੀਆਂ ਦੇ ਵਿੱਚ ਰਮਿਆ ਹੋਇਆ, ਕੁਦਰਤ ਦੇ ਵਿੱਚ ਆ, ਸਾਰਿਆਂ ਦੇ ਵਿੱਚ ਆ, ਫਿਰ ਦਿਸਦਾ ਕਿਉਂ ਨਹੀਂ ਜੀ? ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਦੁੱਧ ਲੈ ਕੇ ਆਓ। ਤਾਂ ਪੀਰ ਨੇ ਦੁੱਧ ਮੰਗਾਇਆ। ਗੁਰੂ ਨਾਨਕ ਪਾਤਸ਼ਾਹ ਨੇ ਦੁੱਧ ਦੇ ਪਿਆਲੇ ਵੱਲ ਦੇਖਿਆ, ਕਹਿੰਦੇ ਪੀਰ ਜੀ ਦੁੱਧ 'ਚ ਕੁਛ ਹੈਗਾ? ਉਹ ਜਦੀ ਉਹਨੇ ਆਪਣੇ ਨੌਕਰ ਨੂੰ ਕਿਹਾ ਕਿ ਹੋਰ ਲੈ ਕੇ ਆਓ, ਕੁਛ ਪੈ ਗਿਆ ਵਿੱਚ। ਉਹ ਹੋਰ ਦੁੱਧ ਲੈ ਕੇ ਆਏ, ਗੁਰੂ ਨਾਨਕ ਪਾਤਸ਼ਾਹ ਨੂੰ ਪੇਸ਼ ਕੀਤਾ। ਕਹਿੰਦੇ ਨਹੀਂ ਨਹੀਂ ਪੀਰ ਜੀ ਇਹਦੇ ਵਿੱਚ ਵੀ ਕੁਛ ਹੈਗਾ। ਉਹ ਕਹਿੰਦੇ ਹੋਰ ਲੈ ਕੇ ਆਓ, ਤੀਜਾ ਪਿਆਲਾ ਲਿਆਂਦਾ। ਗੁਰੂ ਨਾਨਕ ਪਾਤਸ਼ਾਹ ਦੇਖਦੇ ਆ, ਕਹਿੰਦੇ ਪੀਰ ਜੀ ਇਸ ਦੁੱਧ 'ਚ ਵੀ ਕੁਛ ਹੈਗਾ। ਉਹ ਕਹਿੰਦੇ ਵੀ ਪੌਣੀ ਲਿਆਓ, ਕੱਪੜਾ ਲਿਆਓ, ਹੁਣੇ ਪੁਣ ਕੇ ਦੇਖਦੇ ਹਾਂ। ਸੋ ਉਹਨੇ ਆਪਣੇ ਸਾਹਮਣੇ ਕੱਪੜ ਛਾਣ ਕੀਤਾ ਦੁੱਧ, ਕਹਿੰਦਾ ਕੁਛ ਨਹੀਂ ਹੈਗਾ ਜੀ ਇਹਦੇ ਵਿੱਚ ਨਾ। ਕਹਿੰਦੇ ਪੀਰ ਜੀ ਹੈਗਾ? ਉਹ ਕਹਿੰਦੇ ਯਾਰ ਦੇਖ ਲਓ ਕੁਛ ਨਿਕਲਿਆ। ਕਹਿੰਦੇ ਮੱਖਣ ਆ ਇਹਦੇ ਵਿੱਚ? ਹੁਣ ਪੀਰ ਨੂੰ ਸਮਝ ਲੱਗੀ ਕਿ ਜਿਵੇਂ ਮੱਖਣ ਦੁੱਧ 'ਚ ਹੈਗਾ ਜੀ ਪਰ ਦਿਸਦਾ ਨਹੀਂ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਇਹਨੂੰ ਬੁਲਾਉਣਾ ਪੈਂਦਾ, ਸਹਿਜ ਬੁਲੋਵੋ ਜੈਸੇ ਤਤਨ ਅਜਿਹੀ ਹਰਕਾ ਬੁਲੋਵਣਾ ਬੁਲੋਵੋ ਮੇਰੇ ਭਾਈ, ਹੈ ਨਾ, ਕਿ ਇਸ ਦੁਨੀਆਂ ਦੇ ਵਿੱਚੋਂ ਪਰਮਾਤਮਾ ਨੂੰ ਸਿੱਧ ਕਰਨਾ ਪੈਂਦਾ, ਤੁਹਾਨੂੰ ਮਿਹਨਤ ਕਰਨੀ ਪੈਂਦੀ। ਸੋ ਪੀਰ ਜੀ ਨੇ ਇੱਕ ਤੀਜਾ ਸਵਾਲ ਕਰਤਾ। ਹੁਣ ਗੁਰੂ ਨਾਨਕ ਦੇਵ ਜੀ ਕਹਿੰਦੇ ਦੇਖੋ ਪੀਰ ਜੀ ਤੁਸੀਂ ਮੈਨੂੰ 2 ਸਵਾਲ ਪੁੱਛ ਲਏ, ਤੁਸੀਂ ਤਖ਼ਤ 'ਤੇ ਬੈਠੇ ਹੋ, ਮੈਂ ਥੱਲੇ ਬੈਠਾ, ਹੈ ਨਾ। ਮਰਿਆਦਾ ਇਹ ਨਹੀਂ ਕਹਿੰਦੀ ਕਿ ਜਿਹਨੂੰ ਸਵਾਲ ਪੁੱਛੀ ਦੇ ਉਹਨੂੰ ਉੱਚੇ ਥਾਂ ਬਿਠਾਈ ਦਾ। ਤਾਂ ਪੀਰ ਨੇ ਕਿਹਾ ਬਈ ਵਾਕਈ ਹਿਮਾਕਤ ਹੋ ਗਈ, ਵੀ ਮੈਨੂੰ ਇਹਨਾਂ ਨੂੰ ਉੱਪਰ ਬਿਠਾਉਣਾ ਚਾਹੀਦਾ। ਉਹਨੇ ਗੁਰੂ ਨਾਨਕ ਪਾਤਸ਼ਾਹ ਨੂੰ ਤਖ਼ਤ 'ਤੇ ਬਿਠਾਇਆ, ਆਪ ਸਾਹਮਣੇ ਬਹਿ ਗਿਆ। ਕਹਿੰਦਾ ਇਹ ਦੱਸੋ ਕਿ ਉਹ ਕਰਦਾ ਕੀ ਆ? ਉਹ ਪਰਮਾਤਮਾ ਜਿਹੜਾ ਹਰ ਥਾਂ ਰਮਿਆ ਹੋਇਆ ਕੀ ਕਰੋ? ਕਹਿੰਦੇ ਆਹੀ ਕਰਦਾ, ਮੇਰੇ ਵਰਗਾ ਫਕੀਰ ਤਖ਼ਤ 'ਤੇ ਬੈਠਾ ਅਤੇ ਐਡਾ ਵੱਡਾ ਪੀਰ ਨੀਚੇ ਬੈਠਾ, ਹੈ ਨਾ। ਸੋ ਉਹਨਾਂ ਦੇ ਸਮਝਾਉਣ ਦੇ ਇਹ ਤਰੀਕੇ ਸੀਗੇ ਜੀ। ਹੁਣ ਉਹ ਕਹਿੰਦੇ ਕਿ ਉਹਦੇ ਨਾਮ ਬਾਣੀ ਨੂੰ ਸੁਣ ਕੇ ਪੀਰ ਧਾਰਮਿਕ ਆਗੂ ਜਿਹੜਾ ਕੁਛ ਪ੍ਰਾਪਤ ਕੀਤਾ ਉੱਥੋਂ ਇੱਕ ਛਿਣ ਮੰਤਰ ਦੇ ਵਿੱਚ ਪ੍ਰਾਪਤ ਹੋ ਜਾਂਦਾ। ਅਤੇ ਅੱਗੇ ਗੱਲ ਆਈ ਆ, ਸੁਣਿਆ ਸੇਖ ਪੀਰ ਪਾਤਸ਼ਾਹ। ਸੋਰੀ ਮਿਸਟਰ ਸਮਾਂ, ਮੈਂ ਤੁਹਾਨੂੰ ਥੋੜ੍ਹਾ ਜਿਹਾ ਕੱਟ ਰਹੀ ਹਾਂ। ਗੁਰੂ ਨਾਨਕ ਦੇਵ ਜੀ ਦੀ ਜਿਹੜੀ ਇਹ ਸਮਝਾਉਣ ਦੀ ਕਲਾ ਸੀ ਕਹਾਣੀਆਂ ਦੇ ਵਿੱਚ, ਉਹਨੂੰ ਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪ੍ਰੋਗਰਾਮ ਵਿੱਚ ਇੰਪਲੀਮੈਂਟ ਕਰਨ ਦੀ। ਕਿਉਂਕਿ ਦੇਖੋ ਜਦੋਂ ਤੁਸੀਂ ਜੇ ਆਪਾਂ ਸਿੰਪਲ ਬਾਣੀ ਦੀ ਵਿਆਖਿਆ ਕਰਦੇ ਹਾਂ ਜਪਜੀ ਸਾਹਿਬ ਦੀਆਂ, ਜੇ ਆਹੀ 2 ਲਾਈਨਾਂ ਜਿਹੜੀਆਂ ਪੌੜੀ ਦੀਆਂ, ਜੇ ਅਸੀਂ ਇਹਨਾਂ ਦੇ ਸਿਰਫ ਅਰਥ ਹੀ ਦੱਸੀਏ ਤਾਂ ਸੁਣਨ ਵਾਲਿਆਂ ਨੂੰ, ਜਿਨ੍ਹਾਂ ਨੂੰ ਖਾਸ ਤੌਰ 'ਤੇ ਸੁਣਨ ਦੀ ਲੋੜ ਹੈਗੀ, ਉਹਨਾਂ ਨੂੰ ਬਹੁਤ ਬੋਰੀਅਤ ਮਹਿਸੂਸ ਹੁੰਦੀ ਆ। ਸੋ ਇਸ ਲਈ ਜਦੋਂ ਇਹਨੂੰ ਕਹਾਣੀ ਦੇ ਵਿੱਚ ਪਰੋ ਕੇ ਸੁਣਾਇਆ ਜਾਂਦਾ ਆ, ਇਟ ਮੇਕ ਮੋਰ ਸੈਂਸ ਟੂ ਦੈਮ, ਹੈ ਨਾ। ਸੋ ਕਹਾਣੀਆਂ ਦੀ ਇੰਪੋਰਟੈਂਸ ਇੰਨੀ ਜ਼ਿਆਦਾ ਆ। ਹੁਣ ਜੇ ਅਸੀਂ ਦੇਖੀਏ ਹਿੰਦੁਸਤਾਨ ਦੀ ਗੱਲ ਕਰੀਏ, ਕਿਉਂਕਿ ਆਪਾਂ ਜਿਹੜੀ ਗੱਲਬਾਤ ਦਾ ਸੋਰਸ ਆ, ਜਿਹੜਾ ਬੈਕ ਬੋਨ ਆ, ਜਿਹੜੀ ਇੰਡੀਆ 'ਚ ਆ, ਇੰਡੀਆ ਦੇ ਵਿੱਚ ਬੁੱਧਿਜ਼ਮ ਅਤੇ ਜੈਨਿਜ਼ਮ 2 ਬਹੁਤ ਪੁਰਾਣੇ ਧਰਮ ਨੇ। ਆਈ ਥਿੰਕ ਹਿੰਦੂਇਜ਼ਮ ਤੋਂ ਬਾਅਦ ਜੈਨਿਜ਼ਮ ਅਤੇ ਬੁੱਧਿਜ਼ਮ ਦੀ ਵਾਰੀ ਆਉਂਦੀ ਆ। ਹੁਣ ਉਹ 2 ਧਰਮ ਨੇ ਜਿਹੜੇ ਉਹਨਾਂ ਦੇ ਕਰਤਾ ਧਰਤ ਹੋਏ ਨੇ, ਗੌਤਮ ਬੁੱਧ ਅਤੇ ਮਹਾਵੀਰ ਜੈਨ, ਉਹ ਰਾਜਿਆਂ ਦੇ ਪਰਿਵਾਰਾਂ ਦੇ ਵਿੱਚੋਂ ਸੀਗੇ, ਇੰਡੀਆ ਦੇ ਕਾਫ਼ੀ ਵੱਡੇ ਸੀ। ਪਰ ਉਹਨਾਂ ਨੇ ਦੇਖੋ, ਉਹਨਾਂ ਦੇ ਕਾਫ਼ੀ ਫੋਲੋਸ਼ਿਪ ਹੈਗੀ ਆ, ਪਰ ਕਿਸੇ ਵਜ੍ਹਾ ਕਰਕੇ ਜਿਹੜੀਆਂ ਇਹਨਾਂ ਦੋਨਾਂ ਧਰਮਾਂ ਦੀਆਂ ਜੜ੍ਹਾਂ ਨੇ ਉਹ ਇੰਡੀਆ 'ਚ ਨਹੀਂ ਲੱਗ ਸਕੀਆਂ। ਤੁਸੀਂ ਦੇਖਦੇ ਹੋ ਕਿ ਉਹ ਆਸ ਪਾਸ ਦੀਆਂ ਜਿਹੜੀਆਂ ਹੋਰ ਕੰਟਰੀਜ਼ ਨੇ ਏਸ਼ੀਆ ਦੇ ਵਿੱਚ, ਉੱਥੇ ਕਾਫ਼ੀ ਜ਼ਿਆਦਾ ਨੇ। ਉਹਦਾ ਰੀਜ਼ਨ ਕੀ ਆ? ਕਹਾਣੀ ਕਹਾਣੀ ਕੀ ਆ? ਕਹਾਣੀ ਇਹ ਆ ਕਿ ਕਿਉਂਕਿ ਹਿੰਦੂਇਜ਼ਮ ਆ ਜਿਹੜਾ ਹਿੰਦੁਸਤਾਨ, ਉਹ ਗੜ ਉਹਦਾ ਗੜ ਆ, ਅਤੇ ਉੱਥੇ ਜਿਹੜੇ ਆਮ ਤੌਰ 'ਤੇ ਪੁਜਾਰੀ ਨੇ ਜਾਂ ਪੰਡਿਤ ਨੇ ਜਿਹੜੇ ਕਹਾਣੀਆਂ ਸੁਣਾਉਣ ਵਾਲੇ ਨੇ, ਉਹਨਾਂ ਦੀ ਰੋਜ਼ੀ ਰੋਟੀ ਤਾਂ ਕਹਾਣੀਆਂ ਤੋਂ ਚੱਲਦੀ ਆ। ਹੁਣ ਬੁੱਧਿਜ਼ਮ ਅਤੇ ਜੈਨਿਜ਼ਮ ਦੇ ਵਿੱਚ ਲੋਕ ਜ਼ਿਆਦਾ ਸਿਧਾਂਤਿਆਂ ਨੂੰ ਫੋਲੋ ਕਰਦੇ ਆ,
ਉੱਥੇ ਜਿਹੜੀ ਦਕਸ਼ਣਾ ਦੇਣ ਦੀ ਪ੍ਰਥਾ ਹੈ ਉਹ ਬੰਦ ਹੋ ਜਾਂਦੀ ਹੈ, ਕਿਉਂਕਿ ਉਹ ਤਾਂ ਆਪ ਭਿਕਸ਼ੂ ਵਗੈਰਾ ਬਿਲਕੁਲ ਹੁੰਦੇ ਨੇ, ਹੈ ਹਾਂਜੀ ਨਾ, ਸੋ ਉੱਥੇ ਉਹਨਾਂ ਦਾ ਰੋਟੀ ਪਾਣੀ ਬੰਦ ਹੋ ਜਾਂਦਾ। ਸੋ ਇਸ ਲਈ ਉਹਨਾਂ ਨੇ ਕਹਾਣੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਕਹਾਣੀਆਂ ਬਣੀਆਂ, ਕਹਾਣੀਆਂ ਚੱਲੀਆਂ, ਪ੍ਰਚਲਿਤ ਹੋਈਆਂ ਅਤੇ ਮਸ਼ਹੂਰ ਹੋਈਆਂ। ਇਸੇ ਕਰਕੇ ਜੈਨਿਜ਼ਮ ਅਤੇ ਬੁੱਧਿਜ਼ਮ ਦੇ ਜਿਹੜੇ ਰੂਟਸ ਨੇ ਉਹ ਇੰਡੀਆ 'ਚ ਨਹੀਂ ਲੱਗ ਸਕੇ, ਹੈ ਨਾ। ਇਸੇ ਕਰਕੇ ਸ਼ਾਇਦ ਸਿੱਖ ਧਰਮ ਨੂੰ ਬਣਾਉਣ ਦੀ ਲੋੜ ਪਈ। ਜੇ ਕਿਤੇ ਉਹ ਦੋਨੋਂ ਧਰਮ ਪ੍ਰਫੁੱਲਿਤ ਹੋ ਜਾਂਦੇ ਇੰਡੀਆ 'ਚ, ਸ਼ਾਇਦ ਸਿੱਖਿਜ਼ਮ ਦੀ ਲੋੜ ਨਾ ਪੈਂਦੀ ਉਸ ਟਾਈਮ ਦੇ ਉੱਤੇ। ਸੋ ਮਿਸਟਰ ਸਮਰਾ, ਆਈ ਥਿੰਕ ਬ੍ਰੇਕ ਦਾ ਟਾਈਮ ਹੋ ਗਿਆ ਜੀ, ਅਸੀਂ ਬ੍ਰੇਕ ਤੋਂ ਬਾਅਦ ਹੁਣੇ ਵਾਪਸ ਆਉਂਦੇ ਹਾਂ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਜੀ ਤੁਹਾਡੇ ਸਾਹਮਣੇ। ਮਿਸਟਰ ਸਮਰਾ, ਤੁਸੀਂ ਪਾਤਸ਼ਾਹ ਹਾਂਜੀ ਸੁਣਿਆ, ਸੇਖ ਪੀਰ ਪਾਤਸ਼ਾਹ, ਪਾਤਸ਼ਾਹ ਕਹਿੰਦੇ ਆ ਜੀ ਹੁਕਮਰਾਨ ਨੂੰ, ਰਾਜੇ ਨੂੰ ਜੀ। ਜਿੱਥੇ ਰਾਜੇ ਦੀ ਗੱਲ ਆਉਂਦੀ ਹੈ, ਪੁਰਾਣੇ ਸਮਿਆਂ ਦੇ ਵਿੱਚ ਨਾ ਰਾਜਾ ਸ਼ਬਦ ਆ ਜਿਹੜਾ ਫਕੀਰਾਂ ਤੋਂ ਲਿਆ ਜਾਂਦਾ ਸੀ ਜੀ, ਭਾਵ ਇਹਦਾ ਫਕੀਰ ਹੁੰਦਾ ਸੀ, ਰੱਜਿਆ ਹੋਇਆ ਮਤਲਬ ਰਾਜੇ ਦਾ, ਆਈ ਥਿੰਕ ਮਤਲਬ ਜਿਹੜਾ ਸਮਰਾਟ ਤੋਂ, ਸਮਰਾਟ ਤੋਂ ਹਾਂਜੀ। ਹੁਣ ਉਹ ਕਹਿੰਦੇ ਆ ਕਿ ਜਿਹੜੇ ਧਾਰਮਿਕ ਆਗੂ ਹੋਏ ਨੇ ਜਾਂ ਗੁਰੂ ਹੋਏ ਨੇ, ਤੁਸੀਂ ਜੇ ਹਿਸਟਰੀ ਚੈੱਕ ਕਰ ਲਓ ਨਾ, ਉਹ ਮੈਜੋਰਟੀ ਨੇ ਜਿਹੜੇ ਵੈਲ ਆਫ ਫੈਮਿਲੀਜ਼ ਚੋਂ ਹੀ ਹੁੰਦੇ ਸੀ। ਮੈਂ ਹੁਣੇ ਗੌਤਮ ਬੁੱਧ ਅਤੇ ਮਹਾਵੀਰ ਜੈਨ ਦੀ ਗੱਲ ਕੀਤੀ ਆ, ਕ੍ਰਿਸ਼ਨ ਦੀ ਦੇਖ ਲਓ, ਰਾਮਚੰਦਰ ਦੇਖ ਲਓ ਤੁਸੀਂ, ਈਵਨ ਗੁਰੂ ਨਾਨਕ ਦੇਵ ਜੀ, ਦੇ ਆਰ ਆਲ ਫਰੋਮ ਵੈਲ ਆਫ ਫੈਮਿਲੀਜ਼। ਉਹ ਕਹਿੰਦੇ ਆ ਕਿ ਪਰਮਾਤਮਾ ਨੂੰ ਪਾਉਣ ਲਈ ਤੁਹਾਨੂੰ ਸਭ ਕੁਛ ਛੱਡਣਾ ਪੈਂਦਾ ਆ। ਹੁਣ ਛੱਡ ਉਹੀ ਸਕਦਾ ਜਿਹਦੇ ਕੋਲ ਹੁੰਦਾ, ਜਿਹਦੇ ਕੋਲ ਪਹਿਲਾਂ ਕੁਛ ਨਹੀਂ ਹੈਗਾ ਉਹ ਛੱਡ ਨਹੀਂ ਸਕਦਾ। ਸੋ ਪਰਮਾਤਮਾ ਨੂੰ ਪਾਉਣ ਲਈ ਤੁਹਾਨੂੰ ਮੈਂਟਲੀ ਬਹੁਤ ਸਟੇਬਲ ਹੋਣਾ ਪੈਂਦਾ, ਹੈ ਨਾ, ਮੈਡੀਟੇਟ ਕਰਨ ਲਈ, ਧਿਆਨ ਲਾਉਣ ਲਈ। ਸੋ ਜੇ ਤੁਸੀਂ, ਤੁਹਾਡੀਆਂ ਲੋੜਾਂ ਪਹਿਲਾਂ ਅਸੀਮਿਤ ਨੇ, ਤੁਸੀਂ ਕੁਛ ਚੀਜ਼ ਨੂੰ ਹੰਢਾ ਕੇ ਨਹੀਂ ਦੇਖਿਆ, ਤੁਸੀਂ ਪੈਸਾ ਨਹੀਂ ਹੰਢਾ ਕੇ ਦੇਖਿਆ, ਤੁਸੀਂ ਐਸ਼ੋ ਇਸ਼ਰਤ ਨਹੀਂ ਕਰਕੇ ਦੇਖੀ, ਤਾਂ ਤੁਸੀਂ ਹਮੇਸ਼ਾ ਮਨ 'ਚ ਇੱਛਾ ਰੱਖੋਗੇ ਕਿ ਸਾਨੂੰ ਉਹ ਮਿਲੇ। ਪਰ ਜੇ ਤੁਸੀਂ ਉਹਨੂੰ ਇੱਕ ਵਾਰ ਇੰਜੋਏ ਕਰ ਲਿਆ, ਜਿਹੜੀ ਤੁਹਾਡੇ ਅੰਦਰ ਦੀ ਲਾਲਸਾ ਹੁੰਦੀ ਹੈ, ਤ੍ਰਿਸ਼ਨਾ, ਉਹ ਸਮਾਪਤ ਹੋ ਜਾਂਦੀ ਆ। ਸੋ ਪਾਤਸ਼ਾਹ ਉੱਥੋਂ ਬਣਿਆ ਜੀ। ਬਿਲਕੁਲ ਜੀ, ਰਾਜੇ ਤੋਂ ਭਾਵ ਹੈਗਾ ਜੀ ਰੱਜਿਆ ਹੋਇਆ ਜੀ। ਜੇ ਉਹਨੂੰ ਸਿੰਪਲ ਸ਼ਬਦਾਂ ਸਮਝਣਾ ਹੋਵੇ ਕਿ ਜਿਹੜਾ ਰੱਜ ਗਿਆ, ਜਿਹਨੂੰ ਸੰਤੋਖ ਹੈ, ਬਾਣੀ 'ਚ ਕੀ, ਬਾਣੀ ਦੇ ਵਿੱਚ ਵੀ ਇਹੀ ਕਿਹਾ ਕਿ ਬਿਨ ਸੰਤੋਖ ਨਹੀਂ ਕੋ ਰੱਜ ਹੈ ਜੀ। ਜਿਹਨੂੰ ਸਬਰ ਨਹੀਂ ਆਇਆ ਉਹਨੂੰ ਕਦੇ ਰੱਜ ਵੀ ਨਹੀਂ ਆ ਸਕਦਾ ਅਤੇ ਉਹ ਰਾਜਾ ਵੀ ਨਹੀਂ ਹੋ ਸਕਦਾ ਜੀ। ਸੋ ਜਿਹੜਾ ਸੁਣਿਆ ਸੇਖ ਪੀਰ ਪਾਤਸ਼ਾਹ ਜੀ, ਪਾਤਸ਼ਾਹਾਂ ਵਰਗੀ ਸੋਚ ਜੀ, ਪਾਤਸ਼ਾਹਾਂ ਵਰਗੀ ਵਿਸ਼ਾਲਤਾ ਉਸ ਬੰਦੇ 'ਚ ਆ ਜਾਂਦੀ ਹੈ ਜਿਹੜਾ ਉਹਦੇ ਨਾਮ ਬਾਣੀ ਨੂੰ ਸੁਣ ਲੈਂਦਾ, ਸੁਣਿਆ ਅੰਧੇ ਪਾਵੇ ਰਾਹ ਜੀ। ਹੁਣ ਜਿੱਥੇ ਅੰਧਾ ਸ਼ਬਦ ਗੁਰਬਾਣੀ 'ਚ ਆਉਂਦਾ ਜੀ, ਉਹਦਾ ਮਤਲਬ ਅਗਿਆਨੀ ਆ। ਇੱਕ ਗੱਲ ਇਹ ਪੱਕੀ ਸਮਝ ਲੈਣੀ ਚਾਹੀਦੀ ਆ, ਕਿਉਂਕਿ ਉਹਨਾਂ ਨੇ ਅੰਧੇ ਸੇ ਨਾ ਆਖੀਏ ਜਿਨ ਮੁੱਖ ਲੋਇਣਾ, ਇਹ ਬਾਣੀ 'ਚ ਕਿਹਾ ਕਿ ਜਿਨ੍ਹਾਂ ਦੀ ਅੱਖਾਂ ਨਹੀਂ ਹੈਗੀਆਂ ਉਹਨਾਂ ਨੂੰ ਅੰਨੇ ਨਹੀਂ ਕਹਿੰਦੇ, ਅੰਨੇ ਸੇ ਨਾਨਕਾ ਖਸਮੋ ਕਿੱਥੇ ਜਾਏ, ਜਿਨ੍ਹਾਂ ਦੀ ਅਕਲ 'ਤੇ ਪਰਦਾ ਪਿਆ ਹੋਇਆ ਉਹਨਾਂ ਨੂੰ ਅੰਨੇ ਕਿਹਾ। ਹੁਣ ਕਹਿੰਦੇ ਅੰਧਾ ਅੰਧੇ ਪਾਵੇ ਰਾਹ, ਕਿ ਆਮ ਤੌਰ 'ਤੇ ਵੀ ਜੇ ਆਪਾਂ ਦੇਖੀਏ, ਜੇ ਸੱਚੀ ਬਲਾਇੰਡ ਬੰਦੇ ਨੂੰ ਦੇਖੋ, ਕਨੇਡਾ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੰਟਰਸੈਕਸ਼ਨ 'ਤੇ ਲਾਈਟਾਂ 'ਤੇ ਜਦੋਂ ਬਟਨ ਦੱਬਣੇ ਆ, ਜਦੋਂ ਉੱਥੇ ਸਾਈਨ ਤੁਰਨ ਦਾ ਆਉਂਦਾ, ਨਾਲ ਇੱਕ ਬੀਪ ਵੱਜਦੀ ਆ, ਉਹ ਬਲਾਇੰਡ ਪਰਸਨ ਵਾਸਤੇ ਆ, ਜਿੱਥੋਂ ਆਵਾਜ਼ ਆਉਂਦੀ ਉਹਨੇ ਉਹਦੀ ਸਿਹਤ 'ਚ ਤੁਰਨਾ ਹੁੰਦਾ। ਹੁਣ ਇੱਥੇ ਵੀ ਮਹਾਰਾਜ ਕਹਿੰਦੇ ਆ, ਸੁਣੇ ਅੰਧੇ ਪਾਵੇ ਰਾਹ, ਅੰਧੇ ਬੰਦੇ ਨੂੰ ਉਹਦਾ ਨਾਮ ਸੁਣਨ ਨਾਲ, ਜਿਵੇਂ ਉਹ ਬੀਪ ਸੁਣ ਕੇ ਬਲਾਇੰਡ ਬੰਦਾ ਤੁਰਦਾ, ਉਵੇਂ ਅਗਿਆਨੀ ਬੰਦਾ ਉਹਦਾ ਨਾਮ ਬਾਣੀ ਸੁਣਨ ਨਾਲ ਸੱਚ ਦੇ ਰਾਹ 'ਤੇ ਤੁਰ ਪੈਂਦਾ। ਸੁਣਿਆ ਅੰਧੇ ਪਾਵੇ ਰਾਹ, ਸੁਣਿਆ ਹਾਥ ਹੋਵੇ ਅਸਗਾਹ। ਅਸਗਾਹ ਕਹਿੰਦੇ ਹੈ ਸਮੁੰਦਰ ਨੂੰ, ਅਤੇ ਸੰਸਾਰ ਸਮੁੰਦਰ 'ਚ ਭਰਮ ਦਾ ਜਾਲਾ। ਜੇ ਅਸੀਂ ਇਸ ਦੁਨੀਆ ਦੇ ਸਮੁੰਦਰ ਨੂੰ ਦੇਖਦੇ ਹਾਂ, ਇਹਦੇ ਜਿਹੜਾ ਸਾਨੂੰ ਭਰਮ ਪਿਆ ਹੋਇਆ, ਭੁਲੇਖਾ ਪਿਆ ਹੋਇਆ, ਉਹਦੇ ਵਿੱਚ ਅਸੀਂ ਸਾਰੇ ਆ ਜਿਹੜੇ ਡੁੱਬਦੇ ਜਾ ਰਹੇ। ਤਾਂ ਹੁਣ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿ ਜਿਹੜਾ ਸੁਣ ਲੈਂਦਾ, ਉਹਨੂੰ ਸੰਸਾਰ ਸਮੁੰਦਰ ਦਾ ਜਿਹੜਾ ਭਰਮ ਜਾਲਾ, ਇਹਦੀ ਡੂੰਘਾਈ ਦਾ ਪਤਾ ਲੱਗ ਜਾਂਦਾ, ਅਤੇ ਜਿਹਨੂੰ ਡੂੰਘਾਈ ਦਾ ਪਤਾ ਲੱਗ ਜਾਂਦਾ ਉਹ ਫਿਰ ਡੁੱਬਦਾ ਨਹੀਂ, ਡੁੱਬਦਾ ਨਹੀਂ, ਅਸੀਂ ਉਹੀ ਡੁੱਬਦੇ ਹਾਂ ਜਿਹਨਾਂ ਨੂੰ ਡੀਪਨੈਸ ਦਾ ਪਤਾ ਨਹੀਂ ਹੁੰਦਾ। ਸੋ ਸਰਾ ਗੁਣਾ ਕੇ ਗਾਹ, ਜਿਵੇਂ ਅਸਗਾਹ ਕਹਿੰਦੇ ਆ ਵੀ ਕਿ ਉਹ ਉਹਦੀ ਗਾਹ ਪਾ ਲੈਂਦੇ ਆ, ਗਾਹ ਪਾਲਾ ਮਤਲਬ ਤੁਸੀਂ ਉਹਨੂੰ ਥੋੜੇ ਜਾਣ ਲਿਆ, ਤੁਹਾਨੂੰ ਨੌਲੇਜ ਹੋ ਗਈ ਕਿ ਡੂੰਘਾਈ ਤੱਕ ਸਮੁੰਦਰ ਦੀ ਤੇ ਕੀ ਆ। ਹੁਣ ਜੇ ਅਸੀਂ ਆਪਣੇ ਬ੍ਰਹਿਮੰਡ ਦੀ ਗੱਲ ਕਰਦੇ ਹਾਂ, ਦੇਖੋ ਬਾਬੇ ਨੇ ਬਾਣੀ ਲਿਖੀ ਸੀ ਕਿੰਨੇ 100 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ, ਉਸ ਟਾਈਮ ਦੇ ਉੱਤੇ ਮੇਰੇ ਖਿਆਲ ਹਵਾਈ ਜਹਾਜ਼ ਵੀ ਇਜਾਦ ਨਹੀਂ ਸੀ ਹੋਇਆ, ਤੇ ਪਲੈਨਟ ਸੀ ਜੇ ਅਸੀਂ ਆਪਣੇ ਦੀ ਗੱਲ ਕਰੀਏ, ਹੈ ਨਾ, ਕਿ ਇਹ ਗੱਲ ਹੈਗੀ ਆ ਕਿ ਡੂੰਘਾਈਆਂ ਨੂੰ, ਪਰਮਾਤਮਾ ਨੂੰ, ਵਿਰਾਟ ਨੂੰ, ਜਿਹਦੀ ਕੋਈ ਗਾਹ ਨਹੀਂ ਪਾ ਸਕਿਆ, ਹੈ ਨਾ, ਤੁਹਾਨੂੰ ਉਹਦੀ ਵੀ ਸਮਝ ਲੱਗਦੀ ਆ। ਹੁਣ ਜੇ ਅਸੀਂ ਉਸ ਟਾਈਮ ਦੇ ਉੱਤੇ ਦੇਖੀਏ ਤਾਂ ਪਰਮਾਤਮਾ, ਜਦੋਂ ਬਾਬੇ ਨੇ ਇਸ ਬਾਣੀ ਲਿਖੀ, ਪਰਮਾਤਮਾ ਦੀ ਉਸ ਟਾਈਮ ਦੇ ਉੱਤੇ ਗਾਹ ਪਾਉਣ ਦੀ ਗੱਲ ਕਰਦੇ ਆ, ਕਿਉਂਕਿ ਜਦੋਂ ਪਲੈਨਟ ਆਪਾਂ ਦੇਖਦੇ ਹਾਂ, 9 ਪਲੈਨਟਸ ਨੇ ਸਾਡੇ ਯੂਨੀਵਰਸ ਦੇ ਵਿੱਚ, ਹੈ ਨਾ, ਪਹਿਲਾਂ ਇੱਕ ਇਨਸਾਨ ਆ ਉਹ ਸੋਚਦਾ ਕਿ ਮੈਂ ਬਹੁਤ ਵੱਡਾ ਹਾਂ, ਮੇਰੀ ਈਗੋ, ਮੇਰਾ ਹੋਮੇ, ਮੈਂ, ਮੇਰਾ ਆਲਾ ਦੁਆਲਾ, ਮੇਰਾ ਘਰ ਪਰਿਵਾਰ, ਹੈ ਨਾ।
ਪਹਿਲਾਂ ਉਹ ਬਹੁਤ ਵੱਡਾ ਹੁੰਦਾ ਆ, ਫਿਰ ਜਦੋਂ ਉਹ ਆਪਣੇ ਸ਼ਹਿਰ ਦੀ ਗੱਲ ਕਰਦਾ, ਫਿਰ ਤੁਸੀਂ ਕਿਸੇ ਸ਼ਹਿਰ ਨੂੰ ਉੱਪਰੋਂ ਦੇਖੋ ਤਾਂ ਤੁਹਾਨੂੰ ਸਿਰ ਹੀ ਸਿਰ ਦਿਖਦੇ ਆ, ਉਹ ਇਨਸਾਨ ਬਹੁਤ ਛੋਟਾ ਹੋ ਜਾਂਦਾ ਹੈ, ਫਿਰ ਤੁਹਾਡੀ ਸਟੇਟ ਆਉਂਦੀ ਆ, ਫਿਰ ਤੁਹਾਡੀ ਕੰਟਰੀ ਆਉਂਦੀ ਆ, ਉਸ ਤੋਂ ਬਾਅਦ ਜੇ ਤੁਸੀਂ ਪੂਰੇ ਗਲੋਬ ਨੂੰ ਦੇਖਦੇ ਹੋ ਤਾਂ ਤੁਹਾਡੀ ਕੰਟਰੀ ਵੀ ਇੱਕ ਡੋਟ ਮਾਤਰ ਰਹਿ ਜਾਂਦਾ, ਬਿਲਕੁਲ, ਤਾਂ ਉੱਥੇ ਇਨਸਾਨੀਅਤ ਦਾ ਤਾਂ ਤੁਹਾਡੇ ਆਪਣੇ ਈਗੋ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਫਿਰ ਹੁਣ ਜੇ ਅਸੀਂ ਬ੍ਰਹਿਮੰਡ ਦੇ ਵਿੱਚ ਜਾਈਏ, ਹੁਣ ਦੇਖੋ 9 ਗ੍ਰਹਿਆਂ ਦੇ ਵਿੱਚ ਅਰਥ ਇਜ਼ ਦ ਥਰਡ ਪਲੈਨਟ, ਕਹਿੰਦੇ ਕਿ ਜੁਪੀਟਰ ਦਾ ਸਾਈਜ਼ ਐਡਾ ਵੱਡਾ ਆ, ਜੇ ਕਿਤੇ ਉਹ ਅਰਥ ਨਾਲ ਕਦੇ ਕਰੈਸ਼ ਕਰਦਾ ਆ ਤਾਂ ਮੇਰੇ ਖਿਆਲ ਸੈਕਿੰਡ ਦਾ ਵੀ 10,000ਵਾਂ ਹਿੱਸਾ ਹੋਊਗਾ ਧਰਤੀ ਨੂੰ ਵੈਨਿਸ਼ ਹੋਣ ਲੱਗੇ। ਤੇ ਉੱਥੇ ਅਸੀਂ ਦੇਖੋ ਅਸੀਂ ਕਿੰਨੀਆਂ ਆਪਣੀਆਂ ਈਗੋਜ਼ ਨੂੰ, ਆਪਣੀਆਂ ਹੰਕਾਰਾਂ ਨੂੰ, ਆਪਣੇ ਮਤਲਬ ਦੂਜੇ ਨੂੰ ਥੱਲੇ ਸਿੱਟਣ ਲੱਗੇ, ਇੱਕ ਮਿੰਟ ਨਹੀਂ ਲਾਉਂਦੇ, ਅਸੀਂ ਇੰਨੀ ਉਚਾਈ ਤੱਕ ਸੋਚਦੇ ਹਾਂ। ਅਤੇ ਬਾਬੇ ਨਾਨਕ ਨੇ ਇਹ ਸਾਰੀਆਂ ਗੱਲਾਂ ਸਾਨੂੰ ਉਸ ਟਾਈਮ 'ਤੇ ਦੱਸੀਆਂ ਜਦੋਂ ਮੈਂ ਕਿਹਾ ਕਿ ਹਵਾਈ ਜਹਾਜ਼ ਵੀ ਸ਼ਾਇਦ ਨਹੀਂ ਸੀ, ਹੈ ਨਾ। ਹੁਣ ਦੇਖੋ ਸਾਨੂੰ ਪਤਾ ਕਿ ਉਹਨੇ ਲਿਖਿਆ ਕਿ ਲੱਖ ਆਕਾਸਾਂ ਆਕਾਸ਼, ਲੱਖ ਪਤਾਲਾਂ ਪਤਾਲ, ਹੈ ਨਾ, ਕਿ ਲੱਖਾਂ ਆਕਾਸ਼ ਨੇ, ਲੱਖਾਂ ਪਤਾਲਾਂ ਨੇ, ਲੱਖਾਂ ਧਰਤੀਆਂ ਨੇ, ਅਸੀਂ ਹਲੇ ਤਾਂ ਆਪਣੀ ਕਹਿੰਦੇ ਬਲੈਕ ਹੋਲ ਦੇ ਪਾਰ ਨਹੀਂ ਜਾ ਸਕੇ, ਨਹੀਂ ਜਾ ਸਕੇ, ਹੈ ਨਾ। ਸੋ ਇੰਨੀ ਛੋਟੀ ਜਿਹੜੀ ਸਾਡੀ ਸਮਝ ਹੈ, ਬਿਲਕੁਲ ਜੀ। ਹੁਣ ਇਹਦੇ ਵਿੱਚ ਜੀ ਨਾਲ ਦੀ ਨਾਲ ਨਾ ਜਿੱਥੇ ਆਪਾਂ ਗੱਲ ਕਰਦੇ ਹਾਂ ਕਿ ਉਹਨੂੰ ਡੂੰਘਾਈ ਦਾ ਤਲ ਦਾ ਪਤਾ ਲੱਗ ਜਾਂਦਾ ਜੀ। ਕਬੀਰ ਜੀ ਨੇ ਇੱਕ ਕਬੀਰ ਜੀ ਦਾ ਸਲੋਕ ਹੈ ਜੀ, ਉਹ ਕਹਿੰਦੇ ਸੱਚਾ ਸਾਹਿਬ ਕਿਆ ਕਰੇ ਜਾਂ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗੇ ਜਾਂ ਬਾਂਸ ਵਜਾਈਏ ਫੂਕ ਜੀ। ਕਹਿੰਦੇ ਵੀ ਸੱਚਾ ਸਾਹਿਬ, ਸੱਚਾ ਗੁਰੂ, ਸੱਚਾ ਪਾਤਸ਼ਾਹ ਕੁਛ ਨਹੀਂ ਕਰ ਸਕਦਾ ਜੇ ਸਿੱਖਾਂ ਦੇ ਵਿੱਚ ਅਕਲੇ ਹੈ ਨਹੀਂ। ਕਬੀਰ ਸੱਚਾ ਸਾਹਿਬ ਕਿਆ ਕਰੇ, ਕਹਿੰਦੇ ਹਾਲਾਂਕਿ ਉਹ ਸਮਰੱਥ ਆ ਸਾਰਾ ਕੁਛ ਕਰਨ ਨੂੰ, ਪਰ ਉਹ ਇੱਕ ਕੰਮ ਨਹੀਂ ਕਰ ਸਕਦਾ, ਜਾਂ ਸਿੱਖਾਂ ਮੈਂ ਚੂਕ, ਜੇ ਉਹ ਗਲਤੀ ਦੇ ਵਿੱਚ ਭਟਕੇ ਹੋਏ ਨੇ, ਜੇ ਉਹਦੇ ਚੇਲੇ ਆ ਜਿਹਨੂੰ ਸੁਣ ਨਹੀਂ ਰਹੇ, ਲਿਸਨ ਨਹੀਂ ਕਰ ਰਹੇ, ਜਿਵੇਂ ਜਿਹਦੀ ਗੱਲ ਆਪਾਂ ਕਰ ਰਹੇ ਹਾਂ ਅੱਜ, ਤਾਂ ਸੱਚਾ ਸਾਹਿਬ ਕੁਛ ਨਹੀਂ ਕਰ ਸਕਦਾ, ਦੱਸੀ ਜਾਊ ਉਹਨਾਂ ਨੇ ਸੁਣਨਾ ਨਹੀਂ। ਕਹਿੰਦੇ ਅੰਧੇ ਏਕ ਨਾ ਲੱਗੇ ਜਾਂ ਬਾਂਸ ਵਜਾਈਏ ਫੂਕ, ਕਹਿੰਦੇ ਜੇ ਬਾਂਸ ਦੀ ਜਿਹੜੀ ਹੈਗੀ ਆ ਪਾਈਪ, ਉਹ ਚ ਜੇ ਫੂਕ ਮਾਰੀਏ ਦੂਜੇ ਪਾਸੇ ਨਿਕਲ ਜਾਣੀ ਆ, ਇੱਧਰੋਂ ਮਾਰੀ ਦੂਜੇ ਪਾਸੇ ਨਿਕਲ ਗਈ, ਇਵੇਂ ਉਹ ਉਹਨੇ ਬੰਦਿਆਂ ਦੇ ਇੱਧਰੋਂ ਪਾਈ ਇੱਧਰ ਨਿਕਲ ਗਈ, ਹੀਅਰ ਕੀਤਾ ਉਹਨਾਂ ਨੇ, ਲਿਸਨ ਨਹੀਂ ਕੀਤਾ। ਗੁਰੂ ਜਾਂ ਜਿਹੜਾ ਤੁਹਾਡਾ ਉਸਤਾਦ ਆ, ਉਹ ਤਾਂ ਹੀ ਤੁਹਾਨੂੰ ਕੁਛ ਦੱਸ ਸਕਦਾ, ਤੁਹਾਡੇ ਖਾਨੇ ਪਾ ਸਕਦਾ, ਜੇ ਤੁਸੀਂ ਰਿਸੈਪਟਿਵ ਮੋਡ ਦੇ ਵਿੱਚ ਹੋਵੋ, ਤੁਸੀਂ ਲੈਣਾ ਚਾਹੁੰਦੇ ਹੋਵੋ। ਸੋ ਸੁਣੀਆਂ ਦੀਆਂ ਪੌੜੀਆਂ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਇਹੀ ਦੱਸਿਆ ਕਿ ਤੁਸੀਂ ਆਪਣੇ ਆਪ ਨੂੰ ਸੁਣਨ ਦੇ ਮੋਡ ਦੇ ਵਿੱਚ ਲੈ ਕੇ ਜਾਓ। ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਸਭ ਤੋਂ ਪਹਿਲਾਂ ਸਾਡਾ ਮਨ ਇਹੋ ਜਿਹਾ ਜੀ ਕਿ ਇਹ ਅੱਧੀਆਂ 80% ਚੀਜ਼ਾਂ ਤੋਂ ਸੁਣਦਾ ਹੀ ਸੁਣਦਾ ਹੀ। ਐਕਚੁਲੀ ਜਿਵੇਂ ਆਪਾਂ ਪਹਿਲਾਂ ਵੀ ਇੱਕ ਵਾਰੀ ਸ਼ਾਇਦ ਗੱਲ ਕੀਤੀ ਸੀ, ਸੁਣਨਾ ਅਤੇ ਲਿਸਨ ਕਰਨਾ, ਤੁਸੀਂ ਕਿਹਾ ਸੀ ਹੈ ਨਾ ਕਿ ਸੁਣ ਲਿਆ ਅਤੇ ਲਿਸਨ ਕੀਤਾ। ਅਸੀਂ ਸੁਣਦੇ ਹੈਗੇ ਹਾਂ, ਪਰ ਅਸੀਂ ਸਿਰਫ ਉਹੀ ਸੁਣਦੇ ਹਾਂ ਜੋ ਸਾਨੂੰ ਸੁਣਨਾ, ਅਸੀਂ ਸੁਣਨਾ ਚਾਹੁੰਦੇ ਹਾਂ। ਹੁਣ ਫੋਰ ਐਗਜ਼ਾਮਪਲ ਜੇ ਕੋਈ ਸਪੀਚ ਚੱਲ ਰਹੀ ਆ, ਬਹੁਤ ਸੁਣਨ ਵਾਲੇ ਸੁਣ ਰਹੇ ਆ, ਤਾਂ ਇੱਕ ਸ਼ਾਇਦ ਮੈਂ ਵੀ ਬੈਠੀ ਹਾਂ ਵਿੱਚ, ਮੈਂ ਸੁਣ ਰਹੀ ਹਾਂ, ਮੈਨੂੰ ਬਹੁਤ ਬੋਰੀਅਤ ਲੱਗਦੀ ਆ, ਹਾਲਾਂਕਿ ਉਹ ਕੋਈ ਦੱਸਣ ਵਾਲਾ ਚੰਗੀ ਗੱਲ ਦੱਸ ਰਿਹਾ ਆ, ਪਰ ਮੈਂ ਇੱਕ ਪੁਆਇੰਟ ਦੇ ਉੱਤੇ ਉੱਠਦੀ ਹਾਂ ਤਾਂ ਮੇਰੇ ਮਨ ਦੇ ਵਿੱਚ ਕਿਹੋ ਜਿਹੇ ਖਿਆਲ ਆਉਂਦੇ ਆ। ਕਈ ਵਾਰ ਤਾਂ ਮੈਂ ਬੋਲਣ ਵਾਲੇ ਦੇ ਅਗੇਂਸਟ ਹੁੰਦੀ ਹਾਂ ਮੈਂਟਲੀ, ਵੀ ਨਹੀਂ ਨਹੀਂ ਉਹ ਤਾਂ ਬਿਲਕੁਲ ਗਲਤ ਬੋਲ ਰਿਹਾ ਆ, ਹੈ ਨਾ। ਦੂਸਰਾ ਕਈ ਵਾਰ ਮੈਂ ਉਹਦੇ ਨਾਲ ਐਗਰੀ ਹੁੰਦੀ ਹਾਂ, ਐਗਰੀ ਬਹੁਤ ਘੱਟ ਹੁੰਦੀ ਹਾਂ, ਜਦੋਂ ਤਾਂ ਮੈਂ ਐਗਰੀ ਹੁੰਦੀ ਹਾਂ ਤਾਂ ਮੈਨੂੰ ਨੀਂਦ ਆਉਂਦੀ ਆ, ਜਦੋਂ ਮੈਂ ਡਿਸਐਗਰੀ ਹੁੰਦੀ ਹਾਂ ਫਿਰ ਮੇਰਾ ਜੀਕਰ ਦਮ ਨਹੀਂ, ਉੱਠ ਕੇ ਖੜੀ ਹੋ ਕੇ ਬੋਲਾਂ, ਇਹਦੇ ਅਗੇਂਸਟ ਬੋਲਾਂ, ਹੈ ਨਾ। ਸੋ ਸਾਡਾ ਸੁਣਨਾ ਜਿਹੜਾ ਉਹ ਸਾਡੇ ਬੈਨੀਫਿਟ ਲਈ, ਸਾਡੇ ਦਿਮਾਗ ਨੇ, ਸਾਡੀ ਬਾਡੀ ਨੇ ਇਸ ਤਰੀਕੇ ਸਾਨੂੰ ਢਾਲ ਲਿਆ ਕਿ ਅਸੀਂ ਜਿਹੜੀ ਗੱਲ ਦੇ ਅਗੇਂਸਟ ਹੁੰਦੇ ਹਾਂ, ਜਿੱਥੇ ਮੈਂ ਸਹਿਮਤ ਨਹੀਂ ਹੈ, ਉੱਥੇ ਅਸੀਂ ਫਟਾਫਟ ਉੱਠ ਕੇ ਬੋਲਦੇ ਹਾਂ, ਬਾਕੀ ਗੱਲਾਂ ਜਿਹੜੀਆਂ ਅਸੀਂ ਇਗਨੋਰ ਕਰ ਦਿੰਦੇ ਹਾਂ। ਕਿਉਂਕਿ ਗੁਰਦੁਆਰਿਆਂ ਦੇ ਵਿੱਚ, ਮੰਦਰਾਂ 'ਚ ਜਾ ਕੇ ਦੇਖੋ, ਜਦੋਂ ਕਥਾ ਸੁਣਦੇ ਲੋਕੀ, ਬਹੁਤੇ ਲੋਕੀ ਸੁੱਤੇ ਪਏ ਹੁੰਦੇ ਆ ਜੀ, ਬਿਲਕੁਲ, ਉਹਨਾਂ ਨੂੰ ਨੀਂਦ ਆ ਜਾਂਦੀ ਆ, ਕਿਉਂਕਿ ਜੋ ਕੁਛ ਉਹਨਾਂ ਦਾ ਮਨ ਕਰਨਾ ਚਾਹੁੰਦਾ ਉਹਦੇ ਖਿਲਾਫ਼ ਗੱਲਾਂ ਹੋ ਰਹੀਆਂ ਹੁੰਦੀਆਂ ਜੀ, ਤੇ ਉਹਨਾਂ ਨੂੰ ਨੀਂਦ ਆਉਂਦੀ ਆ। ਮੂਵੀ ਦੇਖਣ ਜਾਣਗੇ ਲੋਕ, ਉੱਥੇ ਕਦੇ ਨਹੀਂ ਸੌਂਦੇ। ਆਈ ਥਿੰਕ ਇੱਥੇ ਨਾ ਫਿਕਸ ਕਰਨ ਦੀ ਲੋੜ ਆ, ਤੁਹਾਡਾ ਕਾਫੀ ਬੋਲਚਾਲ ਆ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ, ਸਾਨੂੰ ਚਾਹੀਦਾ ਆ ਕਿ ਜਿਹੜਾ ਸਬਜੈਕਟ ਆ ਉੱਥੇ ਬੋਲਣਾ, ਸਬਜੈਕਟ ਨੂੰ ਇਸ ਤਰੀਕੇ ਦੇਖੋ, ਗੁਰਦੁਆਰੇ ਦੇ ਵਿੱਚ ਗਲਤ ਧਾਰਮਿਕ ਹੋਣੀ ਚਾਹੀਦੀ ਆ, ਆਲਦੋ ਅਸੀਂ ਜਿਹੜੇ ਉਹਨਾਂ ਨੂੰ ਐਜ਼ ਅ ਕਮਿਊਨਿਟੀ ਸੈਂਟਰ ਵੀ ਵਰਤਦੇ ਹਾਂ, ਜਿਵੇਂ ਤੁਸੀਂ ਕਿਹਾ ਸੀਗਾ। ਆਈ ਥਿੰਕ ਜਿਹੜੀ ਰਿਲੀਜੀਅਸ ਪੁਆਇੰਟ ਦੀ ਗੱਲ ਆ, ਐਜ਼ ਲੌਂਗ ਐਜ਼ ਇਹ ਆਪਣਾ ਮੈਸੇਜ ਕਨਵੇ ਕਰਦੀ ਆ, ਲੋਕ ਉਹਨੂੰ ਸੁਣਦੇ ਆ, ਸਮਝਦੇ ਆ, ਜੇ ਉਹਨੂੰ ਕਹਾਣੀ ਬਣਾ ਕੇ ਦੱਸਿਆ ਜਾਵੇ ਉਹਦੇ 'ਚ ਕੋਈ ਹਰਜ ਨਹੀਂ। ਜਿਵੇਂ ਹੁਣ ਅਸੀਂ ਕਹਾਣੀਆਂ ਸੁਣਾਉਂਦੇ ਹਾਂ ਗੁਰਦੁਆਰੇ 'ਚ, ਸਾਡੇ ਰਾਗੀ ਢਾਡੀ ਜਾਂ ਕੀਰਤਨੀ ਜਿੱਥੇ ਕਥਾਵਾਚਕ ਸੁਣਾਉਂਦੇ ਆ, ਪਰ ਉਹ ਕਹਾਣੀਆਂ ਜਿਹੜੀਆਂ ਨਾ ਮੋਰ ਆਫ ਰੇਸਿਸਟ ਇਜ਼ਮ ਦੇ ਪਾਸੇ ਜਾ ਕੇ ਸੁਣਾਉਂਦੇ, ਜਿਵੇਂ 84 ਦੀਆਂ ਗੱਲਾਂ ਹੀ ਕਰੀ ਜਾਣਗੇ ਜੀ, ਅਸੀਂ ਇੰਡੀਆ ਗਵਰਨਮੈਂਟ ਦੇ ਅਗੇਂਸਟ ਕੁਛ ਬੋਲੀ ਜਾਣਗੇ, ਮਤਲਬ ਉਹਦਾ ਧਰਮ ਨਾਲ ਕੋਈ ਰਿਲੇਸ਼ਨ ਨਹੀਂ ਹੈਗਾ, ਲਾਈਕ ਹਰੇਕ ਦੀ ਉਹ ਸਾਰਿਆਂ ਨੂੰ ਨਹੀਂ ਉਹ ਗੱਲ, ਉਹਨੂੰ ਲੈਣ ਨਹੀਂ ਆਏ ਲੋਕ। ਐਕਚੁਲੀ ਅਸੀਂ ਜਦੋਂ ਕਿਸੇ ਦੁਕਾਨ 'ਤੇ ਜਾਂਦੇ ਹਾਂ ਜੀ, ਹੈ ਨਾ, ਵੀ ਉਹ ਜੇ ਜਾਂ ਤਾਂ ਫਿਰ ਅਸੀਂ ਦੁਕਾਨ ਗਲਤ 'ਤੇ ਹਾਂ,
ਹਨਾ ਜਾਂ ਅਸੀਂ ਚੀਜ਼ ਗਲਤ ਮੰਗ ਰਹੇ ਹਾਂ। ਪਰ ਮੇਰੇ ਖਿਆਲ ਦੇ ਵਿੱਚ ਗੁਰਦੁਆਰਾ ਧਾਰਮਿਕ ਦੁਕਾਨ ਹੋਣੀ ਚਾਹੀਦੀ ਹੈ। ਬਿਲਕੁਲ, ਗੁਰਦੁਆਰਾ ਤਾਂ ਹੈ ਹੀ ਧਾਰਮਿਕ ਜੀ, ਪਰ ਨਾਲ ਕੀ ਆ ਵੀ ਸਾਡੇ, ਕਿਉਂਕਿ ਸਾਡੇ ਧਰਮ ਦੇ ਵਿੱਚ ਧਰਮ ਅਤੇ ਰਾਜਨੀਤੀ ਨੂੰ ਇਕੱਠਿਆਂ ਰੱਖਿਆ ਗਿਆ, ਇਹਦੇ ਕਰਕੇ ਵਿੱਚ ਰਾਜਨੀਤੀ ਦੀਆਂ ਗੱਲਾਂ ਹੋ ਜਾਂਦੀਆਂ, ਪਰ ਉਹਨਾਂ ਦੇ ਵਿੱਚ ਵੀ ਧਰਮ ਦਾ ਕੁੰਡਾ ਉੱਪਰ ਚਾਹੀਦਾ। ਕਹਿੰਦੇ ਸੀ ਕਿ ਗੁਰੂ ਸਾਹਿਬ ਨੇ ਕਿਹਾ ਕਿ ਧਰਮ ਹੈ ਜਿਹੜਾ ਸਿਰ ਦਾ ਤਾਜ ਆ, ਰਾਜਨੀਤੀ ਜਿਹੜੀ ਪੈਰ ਦੀ ਜੁੱਤੀ ਆ। ਜੇ ਰਾਜਨੀਤੀ ਗੁਰਦੁਆਰੇ 'ਚ ਕਰਨੀ ਆ ਤਾਂ ਉਹਨੂੰ ਨੀਵਾਂ ਸਥਾਨ 'ਤੇ ਕਰਨੀ ਚਾਹੀਦੀ ਆ, ਨਾ ਕਿ ਉੱਚਾ। ਪਰ ਕਈ ਵਾਰੀ ਕੀ ਹੁੰਦਾ, ਉੱਥੇ ਰਾਜਨੀਤੀ ਭਾਰੂ ਹੋਈ ਹੁੰਦੀ ਆ। ਹੁਣ ਤੁਸੀਂ ਵੀਕਐਂਡ ਨੂੰ ਜਾਓ, ਪਹਿਲਾਂ ਤਾਂ ਜਿਹੜੀ ਇਲੈਕਸ਼ਨ ਚੱਲਦੀ ਆ ਉਹ ਲੀਡਰ ਨੇ ਆ ਕੇ ਬੋਲਣਾ ਹੁੰਦਾ, ਫਰੀ ਦੇ ਪਲੇਟਫਾਰਮ ਤੋਂ ਆਪਣੀ ਇਨਫੋਰਮੇਸ਼ਨ ਨਾਲ ਦੇਣੀ ਹੁੰਦੀ ਹੈ। ਪਰ ਸੰਗਤ ਉਹ ਕੰਮ ਲਈ ਆਈ ਨਹੀਂ, ਉਹ ਤਾਂ ਸਵੇਰੇ ਸਵੇਰੇ ਸ਼ਾਂਤੀ ਲੈਣ ਦੇ ਲਈ ਆਏ ਨੇ। ਸੋ ਆਈ ਥਿੰਕ ਇਹ ਦੋ ਪੁਆਇੰਟ ਹੋ ਜਾਂਦੇ ਆ ਜੀ, ਇੱਕ ਅਗੇਨ ਧਾਰਮਿਕ ਪੱਖ ਹੋ ਗਿਆ ਜਿਹੜੇ ਸਿਰਫ ਧਿਆਨ ਲਾਉਣਾ ਚਾਹੁੰਦੇ ਆ, ਦੂਸਰਾ ਫਿਲਾਸਫਰ ਪੱਖ ਹੋ ਗਿਆ ਕਿ ਕਿਉਂਕਿ ਦੇਖੋ ਰਾਜਨੀਤੀ ਦਾ ਹੋਣਾ ਵੀ ਜ਼ਰੂਰੀ ਆ। ਜੇ ਜੇ ਕਹਿੰਦੇ ਆ ਤੁਸੀਂ ਸਮਰਿੱਧ ਨਹੀਂ ਹੈਗੇ, ਬਿਲਕੁਲ ਅਵੇਅਰ ਤਾਂ ਹੋਣੀ ਪੈਣਾ ਸਾਨੂੰ ਵਾਲੇ ਦੋੜੇ, ਤਾਂ ਤੁਸੀਂ ਮੈਂਟਲੀ ਸਟੇਬਲ ਵੀ ਨਹੀਂ ਹੋ ਸਕਦੇ ਹੈਗੇ। ਸੋ ਮੈਂਟਲ ਸਟੇਬਿਲਟੀ ਲਈ ਜਿਹੜੀ ਰਾਜਨੀਤੀ ਆ, ਜਿਹੜੀ ਤੁਹਾਨੂੰ ਸਮਰਿੱਧ ਕਰਨ ਲਈ, ਉਹਦੀ ਵੀ ਲੋੜ ਹੈਗੀ ਆ। ਪਰ ਪਰ ਧਾਰਮਿਕ ਦੇਖੋ, ਜਾਂ ਤਾਂ ਉਹਨਾਂ ਨੂੰ ਡਿਸਾਈਡ ਕਰ ਲੈਣਾ ਚਾਹੀਦਾ ਕਿ ਆਹ ਰਿਲੀਜੀਅਸ ਟੈਕਨੋਲੋਜੀ ਆਪਣੇ ਵਿਸ਼ੇ ਤੋਂ ਬਾਹਰ ਆ ਜਾਂ ਪੋਲੀਟੀਕਲ ਆ। ਸੋ ਮੇਰੇ ਖਿਆਲ ਦੇ ਆਪਣੀਆਂ ਜਿਹੜੀਆਂ ਸੁਣੇ ਦੀਆਂ ਪੌੜੀਆਂ ਨੇ ਜਿਹੜੀਆਂ, ਉਹ ਇੱਥੇ ਕੰਪਲੀਟ ਹੋ ਜਾਂਦੀਆਂ। ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਫਿਰ ਮੰਨੇ ਦੀਆਂ ਪੌੜੀਆਂ ਸ਼ੁਰੂ ਕਰਾਂਗੇ। ਸੁਣਿਆ ਮੰਨਿਆ ਮਨ ਕੀਤਾ ਪਾਓ ਜੀ। ਸੋ ਮੰਨੇ ਦੀਆਂ ਪੌੜੀਆਂ ਦੀ ਮੰਨਣ ਦੀਆਂ ਗੱਲਾਂ ਹੋਣਗੀਆਂ ਜੀ। ਹਾਂਜੀ, ਇਸ ਦੇ ਨਾਲ ਹੀ ਸਾਨੂੰ ਇਜਾਜ਼ਤ ਦਿਓ ਜੀ, ਅਗਲੇ ਪ੍ਰੋਗਰਾਮ 'ਚ ਤੁਹਾਨੂੰ ਫਿਰ ਮਿਲਾਂਗੇ। ਧੰਨਵਾਦ।